ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ 'ਚ ਅਸੀਂ ਫੀਮੇਲ ਸਕੇਲ ਲਈ ਸ਼ਬਦ ਕਰਨ ਜਾ ਰਹੇ ਹਾਂ। ਇਹ ਸ਼ਬਦ ਮੇਲ ਸਕੇਲ 'ਤੇ ਸਿਖਾਇਆ ਹੋਇਆ ਹੈ, ਬਟ ਅੱਜ ਅਸੀਂ ਇਸ ਨੂੰ ਫੀਮੇਲ ਸਕੇਲ ਲਈ ਕਰਾਂਗੇ ਜੀ। ਸਕੇਲ ਹੈ ਪੰਜਵਾਂ ਕਾਲਾ, ਕੋਡ ਹੈ ਰੇ ਮਾਂ ਤੀਵਰ ਅਤੇ ਧਾ। ਕਹਿਰਵਾ ਤਾਲ ਵਿੱਚ ਇਹ ਸ਼ਬਦ ਹੈ, ਥੋੜ੍ਹਾ ਐਡਵਾਂਸ ਲੈਵਲ ਦਾ ਸ਼ਬਦ ਹੈ ਇਹ, ਧਿਆਨ ਨਾਲ ਦੇਖੋ। ਪਹਿਲਾਂ ਮੈਂ ਪੂਰਾ ਸ਼ਬਦ ਕਰਾਂਗਾ, ਫਿਰ ਆਪਾਂ ਇਸ ਸ਼ਬਦ ਨੂੰ ਥੋੜ੍ਹਾ ਸਲੋ ਕਰਕੇ ਸਿੱਖਦੇ ਹਾਂ ਜੀ, ਧਿਆਨ ਨਾਲ ਦੇਖੋ। ਮਨ ਕੀਆਂ ਇੱਛਾਂ ਪੂਰੀਆਂ, ਮਨ ਕੀਆਂ ਇੱਛਾਂ ਪੂਰੀਆਂ, ਹਰ ਪਾਇਆ ਅਗਮ ਅਪਾਰ, ਹਰ ਪਾਇਆ ਅਗਮ ਅਪਾਰ, ਹਰ ਪਾਇਆ ਅਗਮ ਅਪਾਰ, ਹਰ ਪਾਇਆ ਅਗਮ ਅਪਾਰ, ਮਨ ਕੀਆਂ ਗੁਰੂ।
ਤਰ੍ਹਾਂ ਇਹ ਸ਼ਬਦ ਹੋਣਾ ਹੈ ਜੀ। ਆਓ ਆਪਾਂ ਇਹ ਸ਼ਬਦ ਨੂੰ ਥੋੜ੍ਹਾ ਸਲੋ ਕਰਕੇ ਸਿੱਖਦੇ ਹਾਂ, ਧਿਆਨ ਨਾਲ ਦੇਖੋ ਜੀ। ਸਕੇਲ ਹੈ ਪੰਜਵਾਂ ਕਾਲਾ, ਕੋਡ ਹੈ ਰੇ ਮਾਂ ਤੀਵਰ ਤੇ ਲਾ। ਸਥਾਈ ਦੇਖੋ, ਮਨ ਕੀਆਂ ਇੱਛਾ, ਮਨ ਕੀਆਂ ਇੱਛਾ ਪੂਰੀਆਂ ਮਾਂ ਤੀਵਰ ਤਿੰਨ ਵਾਰ ਹੈ ਜੀ। ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ, ਹਰ ਪਾਇਆ ਅਗਮ ਅਪਾਰ, ਹਰ ਪਾਇਆ ਅਗਮ ਅਪਾਰ। ਇਹ ਦੁਬਾਰ ਬੋਲਣਾ ਆਪਾਂ ਨੇ, ਅਗਮ ਅਪਾਰ। ਫਿਰ ਸੇਮ, ਹਰ ਪਾਇਆ ਅਗਮ ਅਪਾਰ। ਈਸਾਈ ਦੀ ਪਹਿਲੀ ਤੁੱਕ ਹੈ, ਫਿਰ ਦੇਖੋ। ਮਨ ਕੀਆਂ ਇੱਛਾ ਪੂਰੀਆਂ, ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ, ਹਰ ਪਾਇਆ ਅਗਮ ਅਪਾਰ। ਨਾਲ ਹੀ ਹਰ ਪਾਇਆ ਅਗਮ ਅਪਾਰ, ਇਹ ਵੀ ਦੋ ਵਾਰ ਆਉਣਾ ਹੈ। ਹਰ ਪਾਇਆ ਅਗਮ ਅਗਮ ਅਪਾਰ। ਹਰ ਪਾਇਆ ਅਗਮ ਅਪਾਰ। ਦੂਜੀ ਵਾਰ ਵਿੱਚ ਆਉਣਾ, ਅਗਮ ਅਪਾਰ। ਨਾਲ ਹੀ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ। ਸੋ ਇਹ ਸ਼ਬਦ ਦੀ ਸਥਾਈ ਹੈ ਜੀ। ਅੰਦਰ ਦੇਖੋ ਧਿਆਨ ਨਾਲ, ਤਨ ਸੁਵੇਲਾ ਕੜੀ ਤਨ, ਤਨ ਸੁਵੇਲਾ ਧਾਰੇ ਸਾਸਨੀ ਧਾ, ਤਨ ਸੁਵੇਲਾ ਕੜੀ ਤਨ, ਨੀ ਨੀਰੇ ਨੀਰੇ ਰੇ ਰੇ ਸਾਨੀ ਧਾ ਪਾ, ਕੜੀ ਤਨ। ਤਨ ਸੁਵੇਲਾ ਕੜੀ ਤਨ, ਤਨ ਮੂਰਤ, ਤਨ ਮੂਰਤ ਪਲਸਾਰ, ਤਨ ਮੂਰਤ ਪਲਸਾਰ। ਦਸ ਵਾਰ ਚਾਰ ਵਾਰ ਹੈ, ਨਾਲ ਹੀ ਫਿਰ ਇੱਥੇ ਬੋਲਣਾ ਹੈ। ਤਨ ਸੋ ਦੀਨ ਸੰਜੋਗੜਾ, ਜਿਤ ਡਿੱਠਾ ਨੀ 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 ਸਧਾ, ਜਿਤ ਡਿੱਠਾ ਗੁਰਦਰ ਸਾਰ, ਜਿਤ ਡਿੱਠਾ ਗੁਰਦਰ ਸਾਰ।
ਇਹ ਵੀ ਐਡ ਕਰ ਸਕਦੇ, 3 ਵਾਰ ਕੇ ਬਾਅਦ ਇਹ ਵੀ ਐਡ ਕਰ ਸਕਦੇ ਹੋ। ਜਿਤ ਡਿਠਾ ਗੁਰ ਦਰਸਾਰ, ਠੀਕ ਹੈ, ਜਿਤ ਡਿਠਾ ਗੁਰ ਦਰਸਾਰ, ਇਹ ਖਾਲੀ ਕਰਕੇ ਹਰ ਪਾਇਆ ਅਗਮ ਅਪਾਰ। ਸੋ ਇਸ ਤਰ੍ਹਾਂ ਇਹ ਸ਼ਬਦ ਆਉਣਾ ਜਿੱਥੇ ਮੈਂ ਇੱਕ ਅੰਦਰ ਕੀਤਾ ਹੈ, ਬਾਕੀ ਦਾ ਗਲਾਂਤਰਾ ਵੀ ਉੱਥੇ ਆਉਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।